ਵਾਹਿਗੁਰੂ ਜੀ ਫਤਿਹ ਬਾਪੂ ਜੀ ਤੁਹਾਡਾ ਨਾਂ ਕੀ ਹੈ ਜੀ ਤੇ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਹੈ ਨਿਸ਼ਤਰ ਸਿੰਘ ਗਰੇਵਾਲ ਪਿੰਡ ਬਰਜਹਰੀ ਸਿੰਘ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਓਕੇ ਬਾਪੂ ਜੀ ਤੁਸੀਂ ਇਹ ਕਿਸਾਨ ਮੋਰਚੇ 'ਚ ਕਿੰਨੇ ਦਿਨਾਂ ਤੋਂ ਹੈਗੇ ਇਹ ਅੱਜ ਤੋਂ ਮੈਨੂੰ 19 ਦਿਨ ਲੱਗ ਗਿਆ ਜੀ ਕਿੰਨਾ ਜੀ 19 ਦਿਨ ਵੈਰੀ 19 ਦਿਨ ਤੋਂ 19 ਦਿਨ ਤੋਂ ਤੇ ਤੁਸੀਂ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਦੇਖੋ ਅਡਵਾਨੀ ਇਹਨੂੰ ਮੋਦੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਨਾ ਤਾਂ ਤੂੰ ਨੋਟਾਂ ਨਾਲ ਰੱਜ ਸਕਦਾ ਨਾ ਤੂੰ ਡਾਲਰਾਂ ਨਾਲ ਰੱਜ ਸਕਦਾ ਇਹਨੂੰ ਖਾ ਕੇ ਤੂੰ ਹਜ਼ਮ ਕਰਕੇ ਤੂੰ ਜਿਉਂ ਲਏਗਾ ਇਹ ਅਨਾਜ ਹੈ ਤੋਂ ਬਿਨਾਂ ਤੇਰੇ ਪੇਟ ਦੀ ਭੁੱਖ ਨਹੀਂ ਬੁੱਝਣੀ ਅਨਾਜ ਖਾਵੇਂਗਾ ਤੇਰੀ ਪੇਟ ਦੀ ਭੁੱਖ ਬੁੱਝੂਗੀ ਜੇ ਤੂੰ ਕਹੇਂਗਾ ਮੇਰੇ ਕੋਲ ਡਾਲਰ ਹੈ ਮੇਰੇ ਕੋਲ ਸਭ ਕੁਛ ਹੈ ਮੈਂ ਅਨਾਜ ਖਰੀਦ ਲਊਂ ਜਦ ਅਨਾਜ ਹੋਊਗਾ ਇਹਨੇ ਤਾਂ ਖਰੀਦੇਂਗਾ ਕਿੱਥੋਂ ਹਾਂਜੀ ਹਾਂਜੀ ਇਹ ਕਿਸਾਨਾਂ ਵਾਸਤੇ ਬਹੁਤ ਜ਼ੁਲਮ ਕਰ ਰਹੀ ਹੈ ਸਰਕਾਰ ਇਹ ਸਾਰਿਆਂ ਨੂੰ ਜ਼ੁਲਮ ਦੇ ਖਿਲਾਫ ਖੜਾ ਹੋਣਾ ਚਾਹੀਦਾ ਤੇ ਉਹਨੂੰ ਤਾਂ ਜੇ ਸਾਰੇ ਖੜੇ ਹੋਵਾਂਗੇ ਤਾਂ ਹੀ ਉਹਨਾਂ ਦੀ ਹਾਰ ਹੋਏਗੀ ਤਾਂ ਹੀ ਗਵਰਨਮੈਂਟ ਝੁਕੇਗੀ ਬਿਲਕੁਲ ਜੀ ਆ ਮੇਰਾ ਇੱਕ ਹੋਰ ਕਹਿਣਾ ਜੀ ਜਿਸ ਦਿਨ ਮੈਂ ਉਹ ਗੋਲੇ ਬੰਦ ਕਰਾਏ ਉਸ ਤੋਂ ਬਾਅਦ ਮੇਰੇ ਨੌਜਵਾਨਾਂ ਨੂੰ ਮੈਂ ਇਹੀ ਕਿਹਾ ਮੈਂ ਕਿਹਾ ਬੱਚਿਓ ਆ ਜਾਓ ਮੈਂ ਤਾਂ ਆਪਦੀ ਸ਼ਹੀਦੀ ਪਾਉਣ ਚੱਲਿਆ ਗਿਆ ਜੇ ਮੈਨੂੰ ਮਾਰ ਦੇਣਗੇ ਮੈਨੂੰ ਕੋਈ ਦੁੱਖ ਨਹੀਂ ਆ ਕਿਉਂ ਮੇਰੇ ਬੱਚਿਆਂ ਨੇ ਮੈਨੂੰ ਮਾਰਿਆ ਮੈਂ ਆਪਦੇ ਦੁਸ਼ਮਣ ਮੂਹਰੇ ਅੜ ਜੂੰਗਾ ਮੈਂ ਦੁਸ਼ਮਣ ਦਾ ਮੁਕਾਬਲਾ ਕਰੂੰ ਪੂਰਾ ਪੰਜਾਬ ਦਾ ਬੱਚਾ ਬੱਚਾ ਉੱਠ ਕੇ ਆ ਗਿਆ ਮੇਰੇ ਉਹ ਪਹਿਲੇ ਦਿਨ ਦੇ ਮਤਲਬ ਵੈਰੀ ਗੁੱਡ ਜੀ ਹਾਂਜੀ ਪੂਰਾ ਪੰਜਾਬ ਉੱਠ ਕੇ ਆ ਗਿਆ ਬੱਚੇ ਬੱਚੇ ਪੰਜਾਬ ਦੇ ਉੱਠ ਕੇ ਆ ਜੀ ਤੁਸੀਂ ਪਹਿਲੇ ਦਿਨ ਕੀ ਕੀਤਾ ਸੀ ਉਹ ਦੱਸੋ ਪਹਿਲੇ ਦਿਨ ਸਭ ਤੋਂ ਪਹਿਲਾਂ ਤਾਂ ਜੀ ਮੈਂ ਜਦੋਂ ਆ ਕੇ ਗੱਡੀ ਦਾ ਡਾਲਾ ਖੋਲਿਆ ਹਾਂਜੀ ਉਹਦੇ ਵਿੱਚ ਮੇਰਾ ਸਾਡਾ ਖਾਣ ਪੀਣ ਦਾ ਸਮਾਨ ਦੋ ਦਿਨਾਂ ਦਾ ਅਸੀਂ ਬਣਾ ਕੇ ਲੈ ਕੇ ਆਏ ਸੀ ਉਹ ਅਸੀਂ ਇੱਕ ਦਿਨ ਖਾਧਾ ਦੂਏ ਦਿਨ ਆ ਕੇ ਜਦੋਂ ਡਾਲਾ ਖੁੱਲ੍ਹਾ ਸੀ ਤਾਂ ਇੱਕ ਇੰਟਰਵਿਊ ਲੈਣ ਵਾਲਾ ਆ ਗਿਆ ਕਹਿੰਦਾ ਬਾਬਾ ਜੀ ਆਪ ਕਹਾਂ ਸੇ ਆਏ ਮੈਂ ਕਿਹਾ ਮੈਂ ਰਾਏਕੋਟ ਦਾ ਜ਼ਿਲ੍ਹਾ ਲੁਧਿਆਣਾ ਰਾਏਕੋਟ 'ਚ ਆਇਆ ਬੋਲੇ ਆਪ ਕਹਾਂ ਸੇ ਖਾਣਾ ਖਾਤੇ ਹੋ ਮੈਂ ਕਿਹਾ ਜੇ ਦੇਖੋ ਹਮਾਰਾ ਸਮਾਨ ਗਾੜੀ ਮੇਂ ਪੜਾ ਹੈ ਇਹ ਹਮ ਆਪਣਾ ਬਣਾ ਕੇ ਲੈ ਕੇ ਆਪਣਾ ਬਣਾ ਕੇ ਖਾਏਗੇ ਬੋਲੇ ਤੁਮ ਲੰਗਰ ਸੇ ਨਹੀਂ ਖਾਤੇ ਮੈਂ ਕਿਹਾ ਬੋਲੇ ਅਭੀ ਅਭੀ ਆਏ ਹਾਂ ਹਮ ਲੰਗਰ ਸੇ ਨਹੀਂ ਖਾਤੇ ਬੋਲੇ ਠੀਕ ਹੈ ਫਿਰ ਤੋ ਆਪਕੋ ਕਿਆ ਕਰਨਾ ਹਮ ਤੋ ਮੈਂ ਕਿਹਾ ਮਰਨੇ ਕੇ ਲਈ ਹਮ ਜਾਏਂਗੇ ਉਸ ਕੇ ਆਗੇ ਚਲਾ ਤੋ ਹਮ ਨਾਰੇ ਲਾਤੇ ਇੱਧਰ ਕੋ ਆ ਰਹੇ ਥੇ ਮੇਰੇ ਕੋ ਇੱਕ ਲੜਕਾ ਕੋਈ ਇਹ ਤੁਹਾਡੀ ਉਮਰ ਦਾ ਅਸੀਂ ਜਾਣੀ ਔਰ ਗਾੜੀ ਮੁੰਨੇ ਸੀ ਹਿੰਦੂ ਬੋਲਦਾ ਸੀ ਹਾਂਜੀ ਹਾਂਜੀ ਬੋਲਿਆ ਪਾਪਾ ਜੀ ਬਾਬਾ ਜੀ ਮੈਂ ਆਪਕੇ ਸਾਥ ਇੰਟਰਵਿਊ ਕਰਨੀ ਮੈਂ ਕਰੋ ਬੇਟਾ ਬੋਲੇ ਤੁਮ ਕਿਤਨੀ ਉਮਰ ਹੈ ਮੈਂ ਮੇਰੀ 85 ਸਾਲ ਦੀ ਤਾਂ ਬੋਲੇ ਆਪ ਕਿਆ ਕਰਨੇ ਆਇਆ ਮੈਂ ਹਾਂ ਬੋਲਿਆ ਆਪਣੇ ਤਿੰਨੋਂ ਆਰਡੀਨੈਂਸ ਜੋ ਉਸਨੇ ਪਾਸ ਕੀਤੇ ਉਹ ਖਤਮ ਕਰਾਉਣੇ ਕੇ ਲਈ ਉਸਕੋ ਵਾਪਸ ਲੈਣੇ ਕੇ ਲਈ ਆਇਆ ਵਹਾਂ ਪਰ ਬੋਲਤੇ ਗੋਲੇ ਚੱਲੇਂਗੇ ਆਪਕੇ ਆਖੋ ਮੈਂ ਆਸੂ ਜਾ ਕੇ ਆਪਕੋ ਨਿਗਾਹ ਕਮ ਹੋ ਜਾਏਗੀ ਖਤਮ ਹੋ ਜਾਏਗੀ ਤੁਹਾਰਾ ਮੈਂ ਕਿਹਾ ਮੇਰੇ ਦੋਨੋਂ ਆਖਾਂ ਮੈਂ ਲੈਂਜ ਪੜੇ ਹੋਏ ਆ ਹਮਾਰੀ ਨਿਗਾਹ ਤੋਂ ਪਹਿਲਾਂ ਹੀ ਗਈ ਹੋਈ ਹੈ ਹਮ ਉੱਥੇ ਜਾਏਂਗੇ ਤਾਂ ਫਿਰ ਕੋਈ ਬਾਤ ਨਹੀਂ ਹਮ ਕਾਰਾ ਕੁਛ ਵੀ ਹੋ ਜਾਵੇ ਹਮ ਜਾਏਂਗੇ ਉਹ ਬੋਲਾ ਬਾਪੂ ਜੀ ਆਪਕੋ ਮੇਰਾ ਨਮਨ ਪੂਰੇ ਦੇਸ਼ ਕੇ ਨੌਜਵਾਨੋਂ ਕੋ ਮੈਂ ਜਗਾ ਦੀਆ ਪੂਰਾ ਗੁਲਦਸਤਾ ਜੋ ਹਮਾਰੇ ਦੇਸ਼ ਕਾ ਹੈ ਇਹ ਫੁੱਲ ਪੂਰੇ ਦੇਸ਼ ਕੇ ਹਿੰਦੂ ਮੁਸਲਿਮ ਸਿੱਖ ਇਸਾਈ ਬੋਧੀ ਜੈਨੀ ਸਭ ਇਸ ਗੁਲਦਸਤੇ ਚ ਆਉਂਦੇ ਤੁਹਾਡਾ ਬਹੁਤ ਬਹੁਤ ਸਲੂਟ ਹੈ ਜੀ ਤੁਹਾਨੂੰ ਤੁਸੀਂ ਇਸ ਸੰਗਰਸ਼ ਦੇ ਵਿੱਚ ਸਾਡੇ ਅੱਗੇ ਖੜੇ ਹੋ ਤੇ ਤੁਹਾਡੇ ਹੌਸਲੇ ਕਰਕੇ ਅਸੀਂ ਸਾਰੇ ਆਏ ਹਾਂ ਤੇ ਅੱਜ ਤੁਹਾਡੀ ਲੱਤਾਂ ਜਿਹੜੀ ਦਰਦ ਸੀ ਅਸੀਂ ਵੀ ਇੱਥੇ ਫਿਜ਼ੀਕਲ ਥੈਰੇਪੀ ਸੇਵਾ ਕਰ ਰਹੇ ਹਾਂ ਤਾਂ ਕਿ ਜਿਹੜੇ ਕਿਸਾਨ ਵਿਚਾਰੇ ਇੰਨੇ ਦਿਨਾਂ ਸੰਘਰਸ਼ ਕਰ ਰਹੇ ਆ ਕਿ ਇਹਦੀ ਲੱਤਾਂ ਦਰਦ ਹੈ ਕਿਸੇ ਤੁਹਾਨੂੰ ਪਹਿਲਾਂ ਜਿਹੜੀ ਦਰਦ ਸੀ ਹੁਣ ਆਪਾਂ ਜਿਹੜੀ ਮਸ਼ੀਨ USA ਤੋਂ ਲੈ ਕੇ ਤੁਹਾਨੂੰ ਫਿਜ਼ੀਕਲ ਥੈਰੇਪੀ ਕੀਤੀ ਹੈ ਤੁਹਾਨੂੰ ਕਿੰਨਾ ਕੁ ਫਰਕ ਪਿਆ ਥੋੜਾ ਉਹ ਜਿਹੜੀ ਅੱਗੇ ਟਸ ਟਸ ਕਰਦੀ ਸੀ ਉਹ ਟਸ ਟਸ ਕਰਨ ਨੂੰ ਹਟ ਗਈ ਮੇਰਾ ਪੈਰ ਥੱਲਿਓਂ ਐਂ ਲੱਗਦਾ ਹੁੰਦਾ ਸੀ ਜਿਵੇਂ ਮੇਰੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਧਰਤੀ 'ਤੇ ਲੱਗਿਆ ਜਾਂ ਕਿਤੇ ਲੱਗਿਆ ਜਿਵੇਂ ਸਰਪੰਜ 'ਤੇ ਤੁਰਦੇ ਐਂ ਸਲੋਟ ਪੋਲਾ ਪੋਲਾ ਲੱਗਦਾ ਸੀ ਪਰ ਡਿੱਗਦਾ ਸੀ ਹੁਣ ਹੌਲੀ ਹੌਲੀ ਮੈਂ ਦੇਖੂੰਗਾ ਵੀ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ ਜਾਣੀ ਹੁਣ ਮੈਨੂੰ ਠੀਕ ਆ ਵੀ ਆਹ ਜਿਹੜਾ ਮੇਰਾ ਸਣ ਸਣ ਕਰਦਾ ਸੀ ਉਹ ਹਟ ਗਿਆ ਚਲੋ ਆਸ਼ੀਰਵਾਦ ਦਿਓ ਸਾਨੂੰ ਇਸ ਤਰ੍ਹਾਂ ਅਸੀਂ ਸੇਵਾ ਕਰਦੇ ਰਹੀਏ ਜਿਉਂਦੇ ਰਹੋ ਪੁੱਤਰ ਜਿਉਂਦੇ ਰਹੋ ਬੇਟਾ ਮੈਂ ਆਪਦੇ ਨੌਜਵਾਨ ਬੇਟਾ ਨੂੰ ਇਹੀ ਐਲਾਨ ਕਰਨਾ ਮੈਂ ਉਹਨਾਂ ਨੂੰ ਇਹੀ ਸਿੱਖਿਆ ਦਿੰਦਾ ਵੀ ਬੱਚਿਓ ਅਸੀਂ ਸਾਡਾ ਜੋ ਖਤਮ ਹੋ ਗਿਆ ਹੁਣ ਤੁਸੀਂ ਸੰਭਾਲਣਾ ਇਹਨੂੰ ਤੁਸੀਂ ਸਾਡਾ ਆਸ਼ੀਰਵਾਦ ਹੈ ਜੀ ਆਓ ਆਪਾਂ ਮੋਰਚਾ ਜੂਨ ਕੀਤਾਂਗੇ ਜੀ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਬੋਲੇ ਸੋਨੇਹਾ ਸਤਿ ਸ੍ਰੀ ਅਕਾਲ ਬੱਚਿਓ